ਕਲ ਪਾਵਰ ਕਾਮ ਦੇ ਇਤਿਹਾਸ 'ਚ ਹੁਣ ਤੱਕ ਦੀ ਸਭ ਤੋਂ ਵੱਧ ਬਿਜਲੀ ਦੀ ਮੰਗ 15704 ਮੈਗਾਵਾਟ ਦਰਜ ਕੀਤੀ ਗਈ। ਇਹ ਮੰਗ ਪਿਛਲੇ ਸਾਲ 14 ਜੂਨ ਦੇ ਮੁਕਾਬਲੇ 28% ਵਾਧੇ। ਬਿਜਲੀ ਦੇ ਅਣਐਲਾਨੇ ਕੱਟਾਂ ਨੇ ਸ਼ਹਿਰੀ ਅਤੇ ਪੇਂਡੂ ਖੇਤਰਾਂ 'ਚ ਲੋਕਾਂ ਦੇ ਜਾਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। 3 ਤੋਂ 4 ਘੰਟੇ ਦੇ ਬਿਜਲੀ ਕੱਟ ਤਾਂ ਜ਼ਿਆਦਾਤਰ ਹਿੱਸਿਆਂ 'ਚ ਆਮ ਗੱਲ ਹੋ ਗਈ ਹੈ। ਲੁਧਿਆਣਾ ਦੇ ਕੱਲ ਕਈ ਹਿੱਸਿਆਂ 'ਚ 16 ਤੋਂ 24 ਘੰਟੇ ਦਾ ਕਟ ਲੱਗਾ ਜਿਸ ਨਾਲ ਲੋਕਾਂ ਨੂੰ ਨਾ ਦੇਣ ਵੇਲੇ ਪੀਣ ਦਾ ਪਾਣੀ ਮਿਲਿਆ ਤੇ ਨਾ ਹੀ ਰਾਤ ਨੂੰ ਚੰਗੀ ਤਰ੍ਹਾਂ ਨਾਲ ਸੌਣ ਦਾ ਮੌਕਾ ਮਿਲਿਆ ਸਵੇਰੇ ਦੇ ਬਿਜਲੀ ਲੋਨ ਨੂੰ ਪਾਵਰਕਾਮ ਸੈਂਟਰਲ ਪੂਲ ਦੀ ਮਦਦ ਨਾਲ ਪੂਰਾ ਕਰ ਰਿਹਾ ਹੈ ਪਾਵਰਕਾਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬਿਜਲੀ ਦੀ ਮੰਗ ਹਰ ਸਾਲ 10% ਤੱਕ ਵਧਣ ਦਾ ਅਨੁਮਾਨ ਲਗਾਇਆ ਜਾਂਦਾ ਹੈ ਪਰ ਇਸ ਸਾਲ ਇਹ ਵਾਧਾ ਹੁਣ ਤੱਕ 28% ਤੱਕ ਪਹੁੰਚ ਚੁੱਕਾ ਹੈ